अच्छा ये बेलर तो सोना दिक्कत लिया जी है ना हाँ जी इन्हों के नाम लिया जी गिंदे अंकल के नाम ठीक है जी के पिंड है थोड़ा बिंजो जी बिंजो हुशियारपुर तो लिया हाँ जी ठीक है जी ਕਿੰਨਾ ਕੰਮ ਕਰ ਚੁੱਕੇ ਨਾ 100 ਕਿੱਲਾ ਕਰ ਚੁੱਕੇ 100 ਕਿੱਲਾ ਹੋ ਗਿਆ ਹਾਂਜੀ ਠੀਕ ਹੈ ਜੀ ਤੇ ਕਿੰਨੇ ਕਿੰਨੇ ਘੰਟੇ ਚਲਾਉਂਦੇ ਦਿੱਲੀ 14 ਘੰਟੇ 15 ਘੰਟੇ ਅੱਛਾ ਅੱਛਾ ਤੇ ਕੋਈ ਥਕਾਵਟ ਵਗੈਰਾ ਕੋਈ ਥਕਾਵਟ ਨਹੀਂ ਵਧੀਆ ਮਿਲ ਗਿਆ ਬਹੁਤ ਸੋਹਣਾ ਚੱਲ ਰਿਹਾ ਜੀ ਠੀਕ ਹੈ ਜੀ ਤੇ ਬਿੱਲਰ ਬਾਰੇ ਕੋਈ ਦੱਸੋ ਥੋੜਾ ਜਿਹਾ ਕਿ ਵਧੀਆ ਲੱਗਾ ਤਾਂ ਨੌਕ ਸੈੱਟ ਦੇ ਨਾਲ ਟੂਲ ਦੀ ਧਾਗਾ ਰੱਖਣ ਨੂੰ ਜਗ੍ਹਾ ਖੁੱਲੀ ਡੁੱਲੀ ਆ ਠੀਕ ਹੈ ਜੀ ਤੇ ਪੱਖਾ ਵੀ ਬਹੁਤ ਸੋਹਣਾ ਜੀ ਮਤਲਬ ਚੱਲਦਾ ਵਧੀਆ ਸਫਾਈ ਕਰਦਾ ਨੋਟ ਸਫਾਈ ਨੋਟਰਾਂ ਦੀ ਬਹੁਤ ਸੋਹਣੀ ਆ ਠੀਕ ਹੈ ਜੀ ਤੇ ਖੇਤ ਦੀ ਸਫਾਈ ਰੀਲ ਬਹੁਤ ਸੋਹਣੀ ਕਰਦੀ ਪਈ ਆ ਜੀ ਠੀਕ ਹੈ ਜੀ ਮਤਲਬ ਖੇਤ ਦੀ ਵਧੀਆ ਸਫਾਈ ਹੁੰਦੀ ਹੈ ਸਫਾਈ ਤੇ ਸੇਫਟੀ ਨਟ ਦਾ ਟੁੱਟਣ ਦੇ ਵੀ ਕਾਰਨ ਬਹੁਤ ਘਟ ਆ ਠੀਕ ਹੈ ਜੀ ਹਾਂਜੀ ਤੇ ਫਿਰ ਇਹ ਕਿੰਨੇ ਕਿੱਲੇ ਕਰ ਲੈਂਦੇ ਡੇਲੀ ਦੇ ਅਸੀਂ 15 16 17 ਕਿੱਲੇ ਕੱਢ ਦਿੰਦੇ ਆ ਇੱਕ ਟੱਕੇ ਹੁਣ ਤਾਂ ਫਿਰ 20 ਕਿੱਲੇ ਤੱਕ ਵੀ ਜਾਏਗਾ ਠੀਕ ਹੈ ਜੀ ਹਾਂਜੀ ਤੇ ਕੋਈ ਪ੍ਰੋਬਲਮ ਤੇ ਨਹੀਂ ਸਰਵਿਸ ਵੱਲੋਂ ਕੋਈ ਨਹੀਂ ਬਹੁਤ ਸੋਹਣੇ ਜੀ ਸਰਵਿਸ ਪਿੱਛੇ ਬੰਦੇ ਖੜੇ ਆ ਦੋ ਠੀਕ ਹੈ ਜੀ ਹਾਂਜੀ ਸਰਵਿਸ ਬਹੁਤ ਸੋਹਣੀ ਮਿਲ ਰਹੀ ਹੈ ਜੀ ਸਾਨੂੰ ਜੀ ਤੇ ਬਾਕੀ ਇਹਦੇ ਬਾਰੇ ਕੋਈ ਗੱਠ ਖੋਲਣ ਦੀ ਪ੍ਰੋਬਲਮ ਨਹੀਂ ਗੱਠ ਖੋਲਣ ਦੀ ਕੋਈ ਪ੍ਰੋਬਲਮ ਨਹੀਂ ਜੀ ਵਧੀਆ ਬਿਲਕੁਲ ਹਾਂਜੀ ਬਹੁਤ ਸੋਹਣਾ ਠੀਕ ਹੈ ਜੀ ਹਾਂਜੀ ਤੇ ਸੈਟਿੰਗ ਵੀ ਬਹੁਤ ਸੋਹਣੀ ਲੱਗੀ ਆਪੇ ਸਾਰੀ ਅਲਾਈਨਮੈਂਟ ਆਪੇ ਕਰ ਲਈ ਤੇ ਸੌਖੀ ਹੈ ਜੀ ਠੀਕ ਹੈ ਜੀ ਸੌਖਾ ਹਾਂਜੀ ਬਹੁਤ ਸੋਹਣੇ ਹਾਂ ਜੀ ਠੀਕ ਹੈ ਜੀ ਫੋਰਮੈਨ ਆਪਣੇ ਨਾਲ ਹੈ ਜੀ ਆਫਸੈਟ ਦੇ ਨਾਲੋਂ ਕੀ ਵਧੀਆ ਲੱਗਾ ਇੱਥੇ ਤੁਹਾਨੂੰ ਜਿਹੜਾ ਸਾਈਡ ਤੇ ਜੀ ਰੀਲ ਉਹ ਜਗ੍ਹਾ ਬਹੁਤ ਮਿਲਦੀ ਹੈ ਅੱਛਾ ਜੀ ਤੇ ਆ ਸੈਂਟਰ ਰੀਲ ਆ ਮਤਲਬ ਜਿੱਦਾਂ ਮਰਜ਼ੀ ਖਿੱਚ ਲੋ ਰੋਡ ਤੇ ਤੇ ਸਾਈਡ ਦੀ ਦਿੱਕਤ ਆਉਂਦੀ ਆ ਦੂਜੀ ਰੀਲ ਜਿਹੜੀ ਸਾਈਡ ਰੀਲ ਤੇ ਖੇਤ ਦੇ ਵਿੱਚ ਵੀ ਤੁਹਾਨੂੰ ਬਾਰ-ਬਾਰ ਪਿੱਛੇ ਨਹੀਂ ਦੇਖਣਾ ਪੈਂਦਾ ਹਾਂਜੀ ਅੱਗੇ ਪਿੱਛੇ ਹਾਂਜੀ ਇਹਦੇ ਬੈਕ ਸਾਈਡ ਤੇ ਜਿਹੜਾ ਚੱਲਦਾ ਮਤਲਬ ਆਰਾਮਦਾਇਕ ਹੋਏਗਾ ਬਾਰ-ਬਾਰ ਪਿੱਛੇ ਦੇਖਣਾ ਹੋਵੇ ਔਖਾ ਹੁੰਦਾ ਦੂਜੇ ਹਾਂਜੀ ਬਹੁਤ ਔਖਾ ਹੁੰਦਾ ਜੀ ਠੀਕ ਹੈ ਜੀ ਰੀਲ ਸੈਂਟਰ ਰੀਲ ਦੀ ਬਹੁਤ ਸੋਹਣੀ ਲੱਗੇ ਜੀ ਸਾਨੂੰ ਠੀਕ ਹੈ ਜੀ ਬਹੁਤ ਵਧੀਆ ਚਕਾਈ ਵਧੀਆ ਮਾਲ ਦੀ ਹਾਂਜੀ ਹਾਂਜੀ ਖਚਾਈ ਵੀ ਵਧੀਆ ਬਹੁਤ ਸੋਹਣਾ ਠੀਕ ਹੈ ਜੀ ਚਲੋ ਬਾਕੀ ਕਸਮਾਂ ਕੀ ਕਹਿਣਾ ਚਾਹੋਗੇ ਸੋਨਾ ਦੀ ਕਬਰ ਕੀ ਲੈਣਾ ਚਾਹੀਦਾ ਇਹ ਬਿੱਲਰ ਦੂਜੇ ਲੈਣਾ ਚਾਹੀਦਾ ਜੀ ਜਿਹੜੇ ਹੋਰ ਭਰਾ ਵੀ ਜੇ ਲੈਣਾ ਤਾਂ ਬਹੁਤ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਸਰ ਚਲਾਓ ਫਿਰ ਲਾਓ ਤਸੀਆਂ